ਅੰਮ੍ਰਿਤਪਾਲ ਦੇ ਪਰਿਵਾਰ ਨੇ ਅਕਾਲੀ ਉਮੀਦਵਾਰ ਵਿਰਸਾ ਸਿੰਘ ਬਲਟੋਹਾ ਦੀ ਮੰਗ ਕੀਤੀ ਰੱਦ। ਬਲਟੋਹਾ ਨੇ ਖਡੂਰ ਸਾਹਿਬ ਦੇ ਵਿੱਚ ਅੰਮ੍ਰਿਤਪਾਲ ਦੇ ਪਰਿਵਾਰ ਤੋਂ ਮੰਗਿਆ ਸੀ ਸਹਿਯੋਗ। ਪਰਿਵਾਰ ਬੋਲਿਆ ਅਕਾਲੀ ਦਲ ਨੂੰ ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਦੇ ਖਿਲਾਫ਼ ਨਹੀਂ ਉਤਾਰਨਾ ਚਾਹੀਦਾ ਸੀ ਉਮੀਦਵਾਰ। ਲੁਧਿਆਣਾ 'ਚ ਕਾਂਗਰਸ ਨੇ ਖੇਡਿਆ ਵੱਡਾ ਦਾਅ। ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਕਾਂਗਰਸ ਛੱਡ ਬੀਜੇਪੀ ਦੇ ਵਿੱਚ ਗਏ ਰਵਨੀਤ ਬਿੱਟੂ ਨੂੰ ਦੇਣਗੇ ਟੱਕਰ। ਕਾਂਗਰਸ ਨੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਬਣਾਇਆ ਉਮੀਦਵਾਰ। ਖਡੂਰ ਸਾਹਿਬ ਤੋਂ ਕੁਲਬੀਰ ਜ਼ੀਰਾ ਅਤੇ ਅਨੰਦਪੁਰ ਸਾਹਿਬ ਤੋਂ ਵਿਜੇਇੰਦਰ ਸਿੰਗਲਾ ਨੂੰ ਦਿੱਤੀ ਟਿਕਟ, ਪਰ ਫਿਰੋਜ਼ਪੁਰ ਸੀਟ 'ਤੇ ਅਜੇ ਵੀ ਅੜਿਆ ਪੇਚ। ਕਾਂਗਰਸ ਦੀ ਲਿਸਟ ਦੇ ਵਿੱਚ ਖਾਲੀ ਹੱਥ ਰਿਹਾ ਰਾਣਾ ਪਰਿਵਾਰ। ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਬੇਟੇ ਰਾਣਾ ਇੰਦਰ ਪ੍ਰਤਾਪ ਸਿੰਘ ਵੀ ਜਿਤਾ ਰਹੇ ਸਨ ਦਾਅਵੇਦਾਰੀ। ਖਡੂਰ ਸਾਹਿਬ ਅਤੇ ਅਨੰਦਪੁਰ ਸਾਹਿਬ ਤੋਂ ਮੰਗ ਰਹੇ ਸਨ ਟਿਕਟ। ਕਾਂਗਰਸ ਤੋਂ ਨਾਰਾਜ਼ ਦਲਵੀਰ ਗੋਲਡੀ ਨੇ ਨਵਾਂ ਰਾਹ ਬਣਾਉਣ ਦੀ ਕਹੀ ਗੱਲ। ਸੋਸ਼ਲ ਮੀਡੀਆ 'ਤੇ ਲਿਖਿਆ, ਸੋਚਦੇ ਹਾਂ ਇੱਕ ਨਵਾਂ ਰਾਹ ਬਣਾ ਲਈਏ, ਤਾਂ ਖਹਿਰਾ ਬੋਲੇ ਜੇ ਗੋਲਡੀ ਛੱਡਦੇ ਨੇ ਪਾਰਟੀ ਤਾਂ ਇਹ ਹੋਵੇਗੀ ਉਹਨਾਂ ਦੀ ਸਭ ਤੋਂ ਵੱਡੀ ਗਲਤੀ। ਤਿਹਾੜ ਜੇਲ੍ਹ ਦੇ ਵਿੱਚ ਬੰਦ ਕੇਜਰੀਵਾਲ ਦੇ ਨਾਲ ਸੁਨੀਤਾ ਕੇਜਰੀਵਾਲ ਨੇ ਕੀਤੀ ਮੁਲਾਕਾਤ। ਮੰਤਰੀ ਆਤਿਸ਼ੀ ਵੀ ਨਾਲ ਰਹੇ ਮੌਜੂਦ। ਆਤਿਸ਼ੀ ਬੋਲੇ, ਸੀਐਮ ਨੇ ਕਿਹਾ ਮਹਿਲਾਵਾਂ ਨੂੰ ਜਲਦ ਦੇਵਾਂਗੇ 1000 ਰੁਪਏ। ਸੂਰਤ ਤੋਂ ਬਾਅਦ ਇੰਦੌਰ ਦੇ ਵਿੱਚ ਵੀ ਕਾਂਗਰਸ ਨੂੰ ਵੱਡਾ ਝਟਕਾ। ਉਮੀਦਵਾਰ ਅਕਸ਼ੇ ਕਾਂਤੀ ਬੰਮ ਨੇ ਨਾਮਜ਼ਦਗੀ ਪੱਤਰ ਲਿਆ ਵਾਪਸ। ਸ਼ਾਮਲ ਹੁੱਡਾ ਨੇ ਕੀਤਾ ਵੈਲਕਮ। ਕੁਛ ਸਮਾਂ ਪਹਿਲਾਂ ਹੀ ਜੇਜੇਪੀ ਤੋਂ ਵੱਖ ਹੋਏ ਸਨ ਨਿਸ਼ਾਨ ਸਿੰਘ। ਨਿਊਜ਼ 18 ਦੇ ਮੈਗਾ ਇੰਟਰਵਿਊ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਮੈਨੀਫੈਸਟੋ 'ਤੇ ਘਿਰੀ ਕਾਂਗਰਸ। ਕਿਹਾ ਧਰਮ ਦੇ ਆਧਾਰ 'ਤੇ ਰਾਖਵਾਂ ਕਰਨ ਦੇ ਹਮਾਇਤੀ ਹੁਣ ਕਰ ਰਹੇ ਨੇ ਓਬੀਸੀ ਦੀ ਗੱਲ। ਅੱਜ ਰਾਤ 9 ਵਜੇ ਦੇਖੋ ਪੂਰੀ ਗੱਲਬਾਤ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਹਰਿਆਣਾ। ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲੇਟਿਨ ਸਵਾਗਤ ਹੈ। 24 ਦੇ ਚੈਂਪੀਅਨ ਦੇ ਸਭ ਤੋਂ ਪਹਿਲਾਂ ਗੱਲ ਹੋਵੇਗੀ ਕਾਂਗਰਸ ਦੇ ਉਮੀਦਵਾਰਾਂ ਦੀ। ਲੁਧਿਆਣਾ ਦੇ ਵਿੱਚ ਕਾਂਗਰਸ ਨੇ ਵੱਡਾ ਦਾਅ ਖੇਡਿਆ। ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਬੀਜੇਪੀ ਦੇ ਰਵਨੀਤ ਬਿੱਟੂ ਨੂੰ ਜੋ ਕਿ ਟੱਕਰ ਦੇਣਗੇ। ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ। ਖਡੂਰ ਸਾਹਿਬ ਤੋਂ ਕੁਲਬੀਰ ਜ਼ੀਰਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ। ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਗਲਾ ਨੂੰ ਟਿਕਟ ਦਿੱਤੀ ਗਈ ਹੈ। ਕਾਂਗਰਸ ਨੇ ਫਿਰੋਜ਼ਪੁਰ ਤੋਂ ਅਜੇ ਵੀ ਉਮੀਦਵਾਰ ਨਹੀਂ ਉਤਾਰਿਆ। ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਬੇਟੇ ਨੂੰ ਟਿਕਟ ਨਹੀਂ ਮਿਲੀ। ਖਡੂਰ ਸਾਹਿਬ ਅਤੇ ਅਨੰਦਪੁਰ ਸਾਹਿਬ ਤੋਂ ਦਰਅਸਲ ਜੋ ਟਿਕਟ ਮੰਗ ਰਹੇ ਸਨ, ਲਗਾਤਾਰ ਉਹਨਾਂ ਦੇ ਵੱਲੋਂ ਦਾਅਵੇਦਾਰੀ ਜਿਤਾਈ ਜਾ ਰਹੀ ਸੀ। ਸੋ ਕੁੱਲ ਮਿਲਾ ਕੇ ਕਾਂਗਰਸ ਦੇ ਵੱਲੋਂ ਹੁਣ ਤੱਕ 12 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ। ਫਿਰੋਜ਼ਪੁਰ 'ਤੇ ਅਜੇ ਸਸਪੈਂਸ ਬਰਕਰਾਰ ਹੈ। ਫਿਰੋਜ਼ਪੁਰ 'ਤੇ ਅਜੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਅੱਜ 4 ਉਮੀਦਵਾਰਾਂ ਦੀ ਸੂਚੀ ਦਰਅਸਲ ਕਾਂਗਰਸ ਪਾਰਟੀ ਦੇ ਵੱਲੋਂ ਜਾਰੀ ਕੀਤੀ ਗਈ ਹੈ। ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਲੁਧਿਆਣਾ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਅਤੇ ਬੀਜੇਪੀ ਦੇ ਰਵਨੀਤ ਬਿੱਟੂ ਨੂੰ ਜੋ ਕਿ ਟੱਕਰ ਦੇਣਗੇ। ਚਾਰੇ ਉਮੀਦਵਾਰਾਂ ਬਾਰੇ ਅਸੀਂ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿਉਂਕਿ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਰਵਨੀਤ ਬਿੱਟੂ ਜਿਹੜੇ ਕਿ ਪਹਿਲਾਂ ਲੁਧਿਆਣਾ ਤੋਂ ਹੀ 2019 ਦੇ ਵਿੱਚ ਕਾਂਗਰਸ ਦੇ MP ਬਣੇ, ਕੁਝ ਦਿਨ ਪਹਿਲਾਂ ਜਿਹੜੇ ਕਿ ਕਾਂਗਰਸ ਨੂੰ ਅਲਵਿਦਾ ਕਹਿੰਦੇ ਬੀਜੇਪੀ ਚਲੇ ਜਾਂਦੇ ਨੇ। ਬੀਜੇਪੀ ਦੇ ਵੱਲੋਂ ਲੁਧਿਆਣਾ ਤੋਂ ਰਵਨੀਤ ਬਿੱਟੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਪਿਛਲੇ ਦਿਨੀ ਰਵਨੀਤ ਬਿੱਟੂ ਵੱਲੋਂ ਇੱਕ ਇਹ ਸ਼ਬਦਾਂ ਦਾ ਵੀ ਜ਼ਿਕਰ ਕੀਤਾ ਗਿਆ ਸੀਗਾ, ਕਾਂਗਰਸ ਨੂੰ ਕੋਈ ਉਮੀਦਵਾਰ ਨਹੀਂ ਲੱਭ ਰਿਹਾ ਅਤੇ ਇਸਦੇ ਵਿਚਾਲੇ ਹੁਣ ਵੱਡਾ ਦਾਅ ਖੇਡਿਆ ਗਿਆ। ਬਿਗ ਸ਼ੋਟ ਕਿਹਾ ਜਾ ਸਕਦਾ ਲੁਧਿਆਣਾ ਦੇ ਵਿੱਚ ਕਾਂਗਰਸ ਪਾਰਟੀ ਦਾ, ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ। ਰਾਜਾ ਵੜਿੰਗ ਜਿਹੜੇ ਕਿ ਹੁਣ ਰਵਨੀਤ ਬਿੱਟੂ ਦੇ ਨਾਲ ਸਿੱਧੇ ਤੌਰ 'ਤੇ ਮੁਕਾਬਲਾ ਕਰਦੇ ਹੋਏ ਨਜ਼ਰ ਆਉਣਗੇ। ਸਿੱਧੀ ਟੱਕਰ ਰਵਨੀਤ ਬਿੱਟੂ ਦੇ ਨਾਲ ਹੋਵੇਗੀ। ਇੱਕ ਪਾਸੇ ਬੀਜੇਪੀ ਉਮੀਦਵਾਰ ਰਵਨੀਤ ਬਿੱਟੂ, ਦੂਜੇ ਪਾਸੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ। ਇਸ ਦੇ ਨਾਲ ਆਪਣੇ ਆਪ ਦੇ ਵਿੱਚ ਹੀ ਲੁਧਿਆਣਾ ਦਾ ਮੁਕਾਬਲਾ ਹੋਰ ਵੀ ਦਿਲਚਸਪ ਹੋ ਗਿਆ। ਰਾਜਾ ਵੜਿੰਗ ਜਿਨ੍ਹਾਂ ਦੇ ਕਿ ਪ੍ਰਧਾਨਗੀ ਦੀ ਵੀ ਜ਼ਿੰਮੇਵਾਰੀ, ਹਾਲਾਂਕਿ ਉਹਨਾਂ ਨੇ ਪਿਛਲੇ ਦਿਨੀ ਇਹ ਕਿਹਾ ਸੀ, ਉਦੋਂ ਬਠਿੰਡਾ ਦੀਆਂ ਚਰਚਾਵਾਂ ਚੱਲ ਰਹੀਆਂ ਸਨ, ਉਹਨਾਂ ਨੇ ਕਿਹਾ ਸੀਗਾ ਕਿ ਉਹਨਾਂ ਦੇ ਸਿਰ 'ਤੇ ਪ੍ਰਧਾਨਗੀ ਦੀ ਵੀ ਜ਼ਿੰਮੇਵਾਰੀ ਹੈ, ਪੂਰੇ ਪੰਜਾਬ ਦੇ ਵਿੱਚ ਪਾਰਟੀ ਲਈ ਉਹਨਾਂ ਨੇ ਪ੍ਰਚਾਰ ਕਰਨਾ। ਅਤੇ ਆਖਿਰਕਾਰ ਰਵਨੀਤ ਬਿੱਟੂ
ਦੇ ਮੁਕਾਬਲੇ ਰਾਜਾ ਵੜਿੰਗ ਦਾ ਨਾਮ ਸਾਹਮਣੇ ਆਉਂਦਾ। ਉਸ ਤੋਂ ਬਾਅਦ 'ਚ ਰਸਮੀ ਤੌਰ 'ਤੇ ਜਿਹੜਾ ਕਿ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤੋਂ ਬਾਅਦ 'ਚ ਸਾਫ਼ ਹੋ ਗਿਆ ਕਿ ਲੁਧਿਆਣਾ ਦੇ ਮੈਦਾਨ ਦੇ ਵਿੱਚ ਹੁਣ ਰਾਜਾ ਵੜਿੰਗ ਨਿੱਤਰ ਚੁੱਕੇ ਨੇ। ਉੱਥੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਟਿਕਟ ਦਿੱਤੀ ਗਈ ਹੈ, ਜਿਹੜੇ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਤੋਂ ਮੌਜੂਦਾ ਕਾਂਗਰਸ ਪਾਰਟੀ ਦੇ ਵਿਧਾਇਕ ਵੀ ਨੇ। ਚੰਨੀ ਸਰਕਾਰ ਦੇ ਵਿੱਚ ਡਿਪਟੀ ਸੀ ਐਮ ਹੀ ਰਹਿ ਚੁੱਕੇ ਨੇ ਲਗਾਤਾਰ 3 ਵਾਰ ਦੇ, ਜਿਹੜੇ ਕਿ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਨੇ। ਇਸ ਤੋਂ ਪਹਿਲਾਂ ਫਤਿਹਗੜ੍ਹ ਚੂੜੀਆਂ ਹਲਕੇ ਤੋਂ ਵੀ ਕਾਂਗਰਸ ਪਾਰਟੀ ਦੇ MLA ਰਹਿ ਚੁੱਕੇ ਨੇ। ਰਾਜਾ ਵੜਿੰਗ ਸਾਹਿਬ ਜਿਹੜੇ ਕਾਂਗਰਸ ਪਾਰਟੀ ਦੇ ਪ੍ਰੈਜ਼ੀਡੈਂਟ ਨੇ, ਉਹ ਮੈਨੂੰ ਤਾਂ ਇਹ ਗੱਲ ਪਹਿਲਾਂ ਹੀ ਪਤਾ ਸੀ ਵੀ ਉਹ ਜੋ ਵੀ ਉਹਨਾਂ ਦਾ ਕਦੇ ਵੀ ਲੋਕਲ ਕੈਂਡੀਡੇਟ 'ਤੇ ਉਹਨਾਂ ਦਾ ਵਿਸ਼ਵਾਸ ਹੀ ਨਹੀਂ ਸੀ। ਤਾਂ ਹੀ ਤਾਂ ਮੈਂ BJP ਦੇ ਹੋਰ ਵੀ ਬਹੁਤ ਵੱਡੇ ਕਾਰਨ ਨੇ, ਪਰ ਉਹ ਕਿਤੇ ਨਾ ਕਿਤੇ ਲੁਧਿਆਣੇ ਦੀ ਕਾਂਗਰਸ ਪਾਰਟੀ ਨੂੰ ਕਾਂਗਰਸ ਬਿਲਕੁਲ ਇਗਨੋਰ ਕਰ ਰਹੀ ਸੀ। ਕਿਤੇ ਨਾ ਕਿਤੇ ਕਾਂਗਰਸ ਪਾਰਟੀ ਜਿਹੜੀ ਲੁਧਿਆਣੇ ਦੀ, ਉਹ ਇਹ ਸਮਝ ਰਹੀ ਸੀ ਵੀ ਉਹਨਾਂ ਦੇ ਵਿੱਚ ਕੋਈ ਕਾਬਲੀਅਤ ਹੀ ਨਹੀਂ, ਉਹਨਾਂ ਦੇ ਵਿੱਚ ਕੋਈ ਦਮ ਹੀ ਨਹੀਂ ਗਾ। ਇਹ ਉਹਨਾਂ ਦੀ ਸੋਚ ਬਹੁਤ ਚਿਰ ਦੀ ਸੀ, ਅਤੇ ਇਸੇ ਕਰਕੇ ਉਹ ਬਾਹਰਲੇ ਕੈਂਡੀਡੇਟ ਦੀ ਉਹ ਲਗਾਤਾਰ ਗੱਲ ਕਰਦੇ ਆ ਰਹੇ ਸੀ। ਜੇ ਲੋਕਲ ਕੈਂਡੀਡੇਟ ਨੂੰ ਟਿਕਟ ਦੇਣੀ ਹੁੰਦੀ ਤਾਂ ਪਹਿਲੇ ਦਿਨ ਬਾਕੀਆਂ ਦੇ ਨਾਲ ਹੀ ਅਨਾਊਂਸ ਹੋ ਜਾਂਦੀ। ਇਹ ਉਦੋਂ ਹੀ ਕਲੀਅਰ ਹੋ ਗਿਆ ਸੀ ਵੀ ਲੁਧਿਆਣਾ ਦਾ ਕਿਸੇ ਵੀ ਕੈਂਡੀਡੇਟ 'ਤੇ ਜਾਂ ਕੈਂਡੀਡੇਟ ਨਹੀਂ ਕਿਸੇ ਵੀ ਲੀਡਰ 'ਤੇ ਉਹਨਾਂ ਦਾ ਵਿਸ਼ਵਾਸ ਨਹੀਂ ਰਿਹਾ। ਉਹ ਇਸ ਬਹੁਤ ਵੱਡੀ ਉਹਨਾਂ ਬਾਹਰਲਾ ਕੈਂਡੀਡੇਟ ਜਿਹੜਾ ਉਹ ਦੇਤਾ, ਅਤੇ ਬਾਹਰਲਾ ਕੈਂਡੀਡੇਟ ਤੁਸੀਂ ਆਪ ਅੰਦਾਜ਼ਾ ਲਾਓ ਉਹ ਬਾਹਰਲੇ ਤੋਂ ਜਦੋਂ ਆਉਂਦੇ ਹੁੰਦੇ ਆ ਉਹ ਕੀ ਕਰਦੇ ਹੁੰਦੇ। ਉਸ ਦੇ ਵੱਡੇ ਘਰਾਣਿਆਂ ਦੇ ਕੋਲ ਜਾਣਗੇ ਕਿਉਂਕਿ ਉਰੇ ਚੰਗਾ ਇੰਡਸਟਰੀ, ਵੱਡੇ ਵੱਡੇ ਹੋਟਲ ਨੇ ਉਹਦੇ ਵਿੱਚ, ਉਹਨਾਂ ਦੇ ਵਿੱਚ ਉਹਨਾਂ ਦੇ ਲੋਕ ਰਹਿਣਗੇ, ਆ ਕੇ ਚੰਗਾ ਇੰਜੋਏ ਕਰਨਗੇ। ਅਸੀਂ ਹਾਈਕਮਾਨ ਦੇ ਜਿਹੜਾ ਕੈਂਡੀਡੇਟ ਅਨਾਊਂਸ ਕੀਤੇ ਆ ਉਹਦੀ ਰਿਸਪੈਕਟ ਵੀ ਕਰਦੇ ਹਾਂ ਅਤੇ ਵੈਲਕਮ ਕਰਦੇ ਹਾਂ ਰਾਜਾ ਵੜਿੰਗ ਜੀ ਦਾ, ਕਿਉਂਕਿ ਉਹ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਔਰ ਬੜਾ ਅੱਛਾ ਮੁਕਾਬਲਾ ਜਿਹੜਾ ਲੁਧਿਆਣਾ 'ਚ ਹੋਏਗਾ। ਔਰ ਮੈਨੂੰ ਪੂਰੀ ਉਮੀਦ ਹੈ ਕਿ ਰਾਜਾ ਜੀ ਨਾਲ ਸਾਰੇ ਜਿਹੜੇ ਕਾਂਗਰਸ ਪਾਰਟੀ ਦੇ ਵਰਕਰ ਆ ਉਹ ਪਿਆਰ ਕਰਦੇ ਆ, ਲੀਡਰ ਸਾਹਿਬਾਨ ਵਰਕਰ ਸਾਹਿਬਾਨ ਮਿਲ ਕੇ ਲੜਾਈ ਲੜਨਗੇ ਔਰ ਬੜੇ ਅੱਛੇ ਮਾਰਜਨ ਅਸੀਂ ਲੁਧਿਆਣਾ ਜਿਹੜਾ ਜਿੱਤਾਂਗੇ। ਦੇਖੋ, ਆਮ ਆਦਮੀ ਪਾਰਟੀ ਇੱਕ ਲੋਕਾਂ ਦੀ ਆਪਣੀ ਪਸੰਦ ਦੀ ਪਾਰਟੀ ਆ, ਔਰ ਇੱਥੇ ਮੈਂ ਤਾਂ ਇੱਕ ਗੱਲ ਕਹਾਂਗਾ, ਰਾਜਾ ਵੜਿੰਗ ਦੀ ਜਗ੍ਹਾ 'ਤੇ ਜੇ ਰਾਹੁਲ ਗਾਂਧੀ ਜੀ ਵੀ ਆ ਜਾਂਦਾ ਜਾਂ ਕੋਈ ਹੋਰ ਵੀ ਇਹਨਾਂ ਦੇ ਗਾਂਧੀ ਪਰਿਵਾਰ 'ਚੋਂ ਵੀ ਆ ਜਾਵੇ ਤਾਂ ਵੀ ਉਹਨਾਂ ਦੀ ਹੁਣ ਇੱਥੇ ਜਿੱਤ ਨਾਮੁਮਕਿਨ ਆ, ਕਿਉਂਕਿ ਲੋਕ ਇਹਨਾਂ ਨਕਾਰ ਚੁੱਕੇ ਆ ਇਹਨਾਂ ਦੀਆਂ ਨੀਤੀਆਂ ਨੂੰ, ਇਹਨਾਂ ਦੇ ਕੰਮਾਂ ਨੂੰ, ਇਹਨਾਂ ਦੇ ਪੁਰਾਣੇ ਲੀਡਰਾਂ ਨੂੰ। ਇਸ ਕਰਕੇ ਹੁਣ ਜਿਹੜਾ ਕਹਿੰਦੇ ਦੁੱਧ ਦਾ ਜਲਿਆ ਲੱਸੀ ਨੂੰ ਫੂਕਾ ਮਾਰ ਮਾਰ ਪੀਂਦਾ, ਅਤੇ ਇਸ ਕਰਕੇ ਹੁਣ ਲੋਕ ਇਹਨਾਂ ਦੇ ਜੁਮਲੇਬਾਜ਼ੀ 'ਚ ਨਹੀਂ ਆਉਣਗੇ ਔਰ ਸਾਰੇ ਆਮ ਆਦਮੀ ਪਾਰਟੀ ਦੀ ਸਪੋਰਟ 'ਤੇ ਖੜ੍ਹੇ ਆ, ਕਿਉਂਕਿ ਸਾਡੀ ਆਮ ਆਦਮੀ ਪਾਰਟੀ ਜਿਹੜੀ 2 ਸਾਲ 'ਚ ਉਹਨਾਂ ਨੇ ਪੰਜਾਬ ਦੀ ਤਰੱਕੀ ਵਾਸਤੇ ਕੰਮ ਕੀਤੇ ਨੇ। ਉੱਥੇ ਗੱਲ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਗੁਰਦਾਸਪੁਰ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਅਤੇ ਇਸ ਦੇ ਨਾਲ ਗੁਰਦਾਸਪੁਰ ਦੀ ਪਿਕਚਰ ਪੂਰੀ ਕਲੀਅਰ ਹੋ ਗਈ ਹੈ। 4 ਗੁਣਾ ਮੁਕਾਬਲਾ ਸਾਫ਼ ਤੌਰ 'ਤੇ ਗੁਰਦਾਸਪੁਰ ਦੇ ਵਿੱਚ ਨਜ਼ਰ ਆ ਰਿਹਾ। ਆਮ ਆਦਮੀ ਪਾਰਟੀ ਦੇ ਵੱਲੋਂ ਬਟਾਲਾ ਤੋਂ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਸ਼ਹਿਰੀ ਕਲਸੀ, ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ। ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ, ਦਿਨੇਸ਼ ਬੱਬੂ ਨੂੰ BJP ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਅਤੇ 4 ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਨੇ। ਅੱਜ ਕਾਂਗਰਸ ਪਾਰਟੀ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਜਿਹੜੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਹੋਣਗੇ। ਸੁਖਜਿੰਦਰ ਰੰਧਾਵਾ ਜਿਹੜੇ ਕਿ ਡੇਰਾ ਬਾਬਾ ਨਾਨਕ ਹਲਕੇ ਤੋਂ ਮੌਜੂਦਾ ਕਾਂਗਰਸ ਪਾਰਟੀ ਦੇ ਵਿਧਾਇਕ ਵੀ ਨੇ ਅਤੇ ਉਹਨਾਂ 'ਤੇ ਇਹ ਦਾਅ ਖੇਡਿਆ ਗਿਆ, ਜਿਹੜੇ ਕਿ ਚੰਨੀ ਸਰਕਾਰ ਵੇਲੇ ਸੂਬੇ ਦੇ DC ਰਹਿ ਚੁੱਕੇ ਨੇ। ਤਾਂ ਰੰਧਾਵਾ ਦੇ ਐਲਾਨ ਦੇ ਨਾਲ ਹੁਣ 4 ਪਾਰਟੀਆਂ ਦੀ ਮੁੱਖ 4 ਪਾਰਟੀਆਂ 4 ਗੁਣਾ ਮੁਕਾਬਲਾ ਜੋ ਨਜ਼ਰ ਆ ਰਿਹਾ ਉਸਦੇ ਨਾਲ ਸਾਰੇ ਉਮੀਦਵਾਰਾਂ ਦੀ ਜਿਹੜੀ ਤਸਵੀਰ ਆ ਉਹ ਕਲੀਅਰ ਹੋ ਗਈ ਹੈ।
ਦੇਣਾ ਜੀ ਮੈਂ ਜੋ ਹਾਈ ਕਮਾਂਡ ਨੇ ਜ਼ਿੰਮੇਵਾਰੀ ਦੇਖੀ ਆ ਔਰ ਬੜਾ ਵੱਡਾ ਆਨਰ ਹੁੰਦਾ ਤੇ ਪਹਿਲਾਂ ਰਾਜਸਥਾਨ ਦਾ ਇੰਚਾਰਜ ਲਾਇਆ ਉੱਥੋਂ ਇਲੈਕਸ਼ਨ ਲੜ ਕੇ ਇਮੀਡੀਏਟਲੀ ਅਜੇ ਪੰਜਾਬ 'ਚ 26 ਤਰੀਕ ਨੂੰ ਰਾਜਸਥਾਨ 'ਚੋਂ ਇਲੈਕਸ਼ਨ ਮੁੱਕੀ ਆ ਅਤੇ ਪਾਰਟੀ ਨੇ ਜਿਹੜਾ ਇਹ ਕੀਤਾ ਕਿ ਤੁਸੀਂ ਜਾ ਕੇ ਇਲੈਕਸ਼ਨ ਲੜੋ ਬੜਾ ਆਨਰ ਹੁੰਦਾ ਕਿਸੇ ਲੀਡਰ ਨੂੰ ਪਾਰਟੀ ਵੱਲੋਂ ਨਵਾਜਣਾ ਔਰ ਉਹਦੀ ਸਿੰਸੈਰਿਟੀ ਨੂੰ ਮੈਜ਼ਰਮੈਂਟ ਕਰਨੀ ਕਿ ਇਹ ਪਾਰਟੀ ਲਈ ਐਸਟ ਪਾਰਟੀ ਹਮੇਸ਼ਾ ਆਪਣਾ ਐਸਟ ਸੋਚ ਕੇ ਇਹ ਕੰਮ ਕਰਦੀ ਆ ਔਰ ਪਾਰਲੀਮੈਂਟ ਦੀ ਜਿਹੜੀ ਟਿਕਟ ਦੇਣੀ ਬਹੁਤ ਵੱਡੀ ਮੇਰੇ ਲਈ ਬਹੁਤ ਵੱਡੀ ਗੱਲ ਆ। ਰੰਧਾਵਾ ਸਾਹਿਬ ਤੁਸੀਂ ਆਪਦਾ ਮੁਕਾਬਲਾ ਕਿੰਨੇ ਨਾਲ ਮੰਨਦੇ ਹੋ? ਇਸ ਵਾਰੇ 4 ਪਾਰਟੀ ਮੁਕਾਬਲੇ ਵਿੱਚ ਹੈ, ਅਕਾਲੀ ਦਲ ਅਲੱਗ ਹੈ, ਭਾਜਪਾ ਅਲੱਗ ਹੈ, ਆਮ ਆਦਮੀ ਪਾਰਟੀ ਵੀ ਹੈ ਤੇ ਕਾਂਗਰਸ ਤਾਂ ਹੈ ਹੀ। ਅਕਾਲੀ ਦਲ ਨੇ ਪੰਜਾਬ ਦੇ ਵਿੱਚ ਕੀ ਕੀਤਾ ਉਹਦਾ ਇਹਨਾਂ ਨੂੰ ਜਵਾਬ ਦੇਣਾ ਪਏਗਾ ਜੀ। ਔਰ ਬੀਜੇਪੀ ਨੇ ਜੋ ਕਿਸਾਨਾਂ ਦੇ ਨਾਲ ਧੋਖਾ ਕੀਤਾ, ਜੋ ਕਿਸਾਨਾਂ ਦੇ ਨਾਲ ਉਹਨਾਂ ਨੇ ਦਿੱਲੀ ਦੇ ਬਾਰਡਰ ਦੇ ਉੱਤੇ ਔਰ ਖਾਸ ਕਰਕੇ ਜੋ ਹੁਣ ਕਿੱਲਾਂ ਲਾ ਦਿੱਤੀਆਂ, ਪੱਥਰ ਵਿਛਾ ਦਿੱਤੇ, ਬੈਰੀਕੇਡਿੰਗ ਕਰ ਦਿੱਤੀ, ਕਿਹੜੇ ਕਿਹੜੇ ਮੂੰਹ ਨਾਲ ਪੰਜਾਬ ਦੀ ਗੱਲ ਕਰਨਗੇ? ਉੱਥੇ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਵਿਜੇਂਦਰ ਸਿੰਗਲਾ ਤੇ ਦਾਅ ਖੰਡਿਆ ਗਿਆ। ਵਿਜੇਂਦਰ ਸਿੰਗਲਾ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਕਿ ਹਾਲਾਂਕਿ ਸੰਗਰੂਰ ਤੋਂ ਵੱਡਾ ਕਾਂਗਰਸ ਦਾ ਚਿਹਰਾ ਨੇ, 2009 ਦੇ ਵਿੱਚ ਉਹਨਾਂ ਦੇ ਲੋਕ ਸਭਾ ਚੋਣ ਲੜੀ ਗਈ। ਸੰਗਰੂਰ ਤੋਂ ਜਿਹੜੇ ਕਿ ਸਾਂਸਦ ਚੁਣੇ ਗਏ ਸਨ, ਕੈਪਟਨ ਸਰਕਾਰ ਦੇ ਵਿੱਚ ਸਿੱਖਿਆ ਮੰਤਰੀ ਵੀ ਰਹਿ ਚੁੱਕੇ ਨੇ। ਅਨੰਦਪੁਰ ਸਾਹਿਬ ਤੋਂ ਹਾਲਾਂਕਿ 2019 ਦੇ ਵਿੱਚ ਮਨੀਸ਼ ਤਿਵਾੜੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸਨ, ਜਿੱਤਣ ਦੇ ਵਿੱਚ ਕਾਮਯਾਬ ਰਹੇ, ਪਰ ਇਸ ਵਾਰ ਉਹਨਾਂ ਨੂੰ ਚੰਡੀਗੜ੍ਹ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਅਤੇ ਇਸ ਦੇ ਵਿਚਾਲੇ ਵਿਜੇਂਦਰ ਸਿੰਗਲਾ ਤੇ ਦਾਅ ਖੇਡਿਆ ਗਿਆ। ਇਸ ਦੇ ਨਾਲ ਹੀ ਹੁਣ ਪਿਕਚਰ ਪੂਰੀ ਕਲੀਅਰ ਹੋ ਗਈ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮਲਵਿੰਦਰ ਸਿੰਘ ਕੰਗ, ਅਕਾਲੀ ਦਲ ਦੇ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਟਿਕਟ ਦਿੱਤੀ ਗਈ ਹੈ। ਹਾਲਾਂਕਿ ਬੀਜੇਪੀ ਦੇ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਐਲਾਨ ਕਰਨਾ ਅਜੇ ਬਾਕੀ ਹੈ। ਬੀਜੇਪੀ ਦਾ ਅਜੇ ਸਸਪੈਂਸ ਹੈ, ਪਰ 3 ਪਾਰਟੀਆਂ ਦੇ ਉਮੀਦਵਾਰ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨਿਤਰ ਚੁੱਕੇ ਨੇ। ਕਾਂਗਰਸ ਪਾਰਟੀ ਨੇ ਅੱਜ ਹੀ ਵਿਜੇਂਦਰ ਸਿੰਗਲਾ ਦੇ ਨਾਮ ਤੇ ਮੋਹਰ ਲਗਾਈ ਹੈ। ਸਿੰਗਲਾ ਸਾਹਿਬ, ਸੰਗਰੂਰ ਦੇ ਵਿੱਚ ਤੁਹਾਡਾ ਆਧਾਰ ਹੈ ਔਰ ਸ੍ਰੀ ਅਨੰਦਪੁਰ ਸਾਹਿਬ ਪਾਰਟੀ ਨੇ ਤੁਹਾਨੂੰ ਮੈਦਾਨ ਦੇ ਵਿੱਚ ਉਤਾਰਿਆ, ਇਸ ਦੀ ਵਜ੍ਹਾ ਕੀ, ਕਿਵੇਂ ਮੰਨਦੇ ਹੋ? ਮੈਂ ਇੱਕ ਪਾਰਟੀ ਦਾ ਸੱਚਾ ਸੁੱਚਾ ਸਿਪਾਹੀ ਹਾਂ ਜੀ। ਮੈਂ ਜਦੋਂ ਵੀ ਪਾਰਟੀ ਨੇ ਕੋਈ ਜ਼ਿੰਮੇਵਾਰੀ ਭਾਵੇਂ ਪੰਜਾਬ ਦੇ ਵਿੱਚ ਭਾਵੇਂ ਦੇਸ਼ ਦੇ ਕਿਸੇ ਸੂਬੇ ਵਿੱਚ ਜੀ ਕਿਸੇ ਤਰੀਕੇ ਦੀ ਵੀ ਦਿੱਤੀ ਹੈ, ਮੈਂ ਉਸ ਨੂੰ ਹਮੇਸ਼ਾ ਆਪਣੀ ਇਮਾਨਦਾਰੀ ਨਾਲ, ਆਪਣੀ ਮਿਹਨਤ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ। ਤੇ ਉਸੇ ਧਰਤੀ ਦੇ ਉੱਪਰ ਅੱਜ ਪਾਰਟੀ ਨੇ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਜੀ ਨੂੰ ਟਿਕਟ ਦਿੱਤਾ ਜੀ, ਔਰ ਮੈਂ ਲਗਾਤਾਰ ਉਹਨਾਂ ਦੀ ਚੋਣ ਮੁਹਿੰਮ ਦੇ ਵਿੱਚ ਜੋ ਉੱਥੇ ਦੀ ਜ਼ਿੰਮੇਵਾਰੀ ਸੀ ਉਸ ਨੂੰ ਪੂਰਾ ਕਰ ਰਿਹਾ ਸੀ। ਅੱਜ ਮੈਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਪਵਿੱਤਰ ਧਰਤੀ ਦੇ ਉੱਪਰ, ਮਾਤਾ ਨੈਣਾ ਦੇਵੀ ਜੀ ਦੀ ਪਵਿੱਤਰ ਧਰਤੀ ਦੇ ਉੱਪਰ ਮੈਨੂੰ ਜ਼ਿੰਮੇਵਾਰੀ ਮਿਲੀ ਹੈ। ਮੈਂ ਇਸ ਇਲਾਕੇ ਦੀ ਤਰੱਕੀ ਵਾਸਤੇ, ਇਸ ਇਲਾਕੇ ਦੇ ਲੋਕਾਂ ਦੀ ਸੇਵਾ ਵਾਸਤੇ ਆਉਣ ਵਾਲੀ ਜ਼ਿੰਦਗੀ ਆਪਣੀ ਸਮਰਪਿਤ ਕਰਾਂਗਾ, ਤਾਂ ਕਿ ਇੱਥੇ ਇਹ ਇਲਾਕਾ ਵੀ ਜਿਨ ਗੱਲਾਂ ਤੋਂ ਵਾਂਝਾ ਉਹ ਗੱਲਾਂ ਤੋਂ ਉੱਪਰ ਉੱਠ ਸਕੇ ਔਰ ਇਲਾਕੇ ਦੀ ਤਰੱਕੀ ਹੋ ਸਕੇ। ਉੱਥੇ ਗੱਲ ਖਡੂਰ ਸਾਹਿਬ ਦੀ ਕਰੀਏ ਤਾਂ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਕੁਲਬੀਰ ਸਿੰਘ ਜ਼ੀਰਾ ਤੇ ਦਾਅ ਖੇਡਿਆ ਗਿਆ। ਕੁਲਬੀਰ ਜ਼ੀਰਾ ਨੂੰ ਜਿਹੜਾ ਕਿ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਅਤੇ ਇਸ ਦੇ ਨਾਲ ਹੀ ਹੁਣ ਸਾਫ਼ ਤੌਰ 'ਤੇ 5 ਕੋਣਾ ਮੁਕਾਬਲਾ ਜਿਹੜਾ ਕਿ ਖਡੂਰ ਸਾਹਿਬ ਸੀਟ 'ਤੇ ਨਜ਼ਰ ਆ ਰਿਹਾ ਹੈ। ਗੱਲ ਆਮ ਆਦਮੀ ਪਾਰਟੀ ਦੀ ਕਰੀਏ ਤਾਂ ਆਪਦੇ ਵੱਲੋਂ ਲਾਲਜੀਤ ਸਿੰਘ ਭੁੱਲਰ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਨੇ, ਕਾਂਗਰਸ ਪਾਰਟੀ ਨੇ ਅੱਜ ਕੁਲਬੀਰ ਸਿੰਘ ਜ਼ੀਰਾ ਦੇ ਨਾਮ 'ਤੇ ਮੋਹਰ ਲਗਾਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਵੱਲ ਵਿਰਸਾ ਸਿੰਘ ਬੁਲਟਵਾਹ ਨੂੰ ਉਮੀਦਵਾਰ ਐਲਾਨਿਆ ਗਿਆ। ਬੀਜੇਪੀ ਤੋਂ ਮਨਜੀਤ ਸਿੰਘ ਮੰਨਾ ਚੋਣ ਲੜ ਰਹੇ ਨੇ, ਜਦਕਿ ਅੰਮ੍ਰਿਤਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਦਾ ਉਹਨਾਂ ਦੇ ਪਰਿਵਾਰ ਦੇ ਵੱਲੋਂ ਦਰਅਸਲ ਐਲਾਨ ਕੀਤਾ ਗਿਆ ਅਤੇ ਇਸ ਦੇ ਨਾਲ ਖਡੂਰ ਸਾਹਿਬ ਸੀਟ 'ਤੇ
ਪੰਜ ਗੁਣਾ ਮੁਕਾਬਲਾ ਹੁਣ ਸਾਫ਼ ਤੌਰ 'ਤੇ ਨਜ਼ਰ ਆ ਰਿਹਾ। ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਪਾਰਟੀ ਨੇ ਤੁਹਾਡੇ ਤੇ ਮੌਕਾ ਜਿਹੜਾ ਹੈ ਤੁਹਾਨੂੰ ਦਿੱਤਾ ਹੋਇਆ, ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਧੰਨਵਾਦ ਕਰਦਾ ਸਮੁੱਚੀ ਸ੍ਰੀ ਖਡੂਰ ਸਾਹਿਬ ਦੀ ਸੰਗਤ ਦੀ, ਹਰ ਇੱਕ ਹਲਕੇ ਦੀ, ਔਰ ਇਹਦੇ ਨਾਲ ਨਾਲ ਧੰਨਵਾਦ ਕਰਦਾ ਕਾਂਗਰਸ ਪਾਰਟੀ ਸਮੁੱਚੀ ਹਾਈਕਮਾਂਡ ਦੀ ਕਿ ਜਿਨ੍ਹਾਂ ਨੇ ਜੀਰਾ ਪਰਿਵਾਰ 'ਤੇ ਭਰੋਸਾ ਜਤਾਇਆ, ਕਿਉਂਕਿ ਮੇਰਾ ਪਰਿਵਾਰ ਇੱਕ ਪੰਥਕ ਪਰਿਵਾਰ ਆ ਔਰ ਇਹ ਸਾਰੇ ਪੰਜਾਬ ਦੇ ਵਿੱਚ ਪਤਾ ਹੈ ਕਿ ਸਵਰਗਵਾਸੀ ਜਥੇਦਾਰ ਇੰਦਰਜੀਤ ਸਿੰਘ ਜੀਰਾ ਦਾ ਪਰਿਵਾਰ ਪੰਥਕ ਹੋਣ ਕਰਕੇ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਮੇਰੇ 'ਤੇ ਪਾਈ, ਔਰ ਮੈਂ ਸ਼੍ਰੀ ਖਡੂਰ ਸਾਹਿਬ ਹਲਕਾ ਦੇ ਸਾਰੇ ਵੋਟਰ ਭੈਣ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਵਾਂ ਕਿ ਪੂਰੀ ਤਨਦੇਹੀ ਦੇ ਨਾਲ, ਜਿਵੇਂ ਮੇਰੇ ਪਿਤਾ ਜੀ ਨੇ ਹਮੇਸ਼ਾ ਤੁਹਾਨੂੰ ਆਪਣੇ ਸਿਰ ਦਾ ਤਾਜ ਬਣਾ ਕੇ ਔਰ ਪੱਗ ਨੂੰ ਜਿਹੜਾ ਕਦੀ ਦਾਗ ਨਹੀਂ ਲੱਗਣ ਦਿੱਤਾ, ਔਰ ਹਰ ਮੁੱਦੇ ਦੀ ਲੜਾਈ ਜਿਹੜੀ ਆ ਉਹ ਜੀਰਾ ਪਰਿਵਾਰ ਲੜਦਾ ਰਿਹਾ, ਔਰ ਇਸੇ ਤਰ੍ਹਾਂ ਹੀ ਹਰ ਇੱਕ ਮੁੱਦਾ, ਚਾਹੇ ਕਿਸਾਨੀ ਦਾ ਹੋਵੇ, ਚਾਹੇ ਵਪਾਰੀਆਂ ਦਾ, ਚਾਹੇ ਬੰਦੀ ਸਿੰਘਾਂ ਦਾ ਮੁੱਦਾ ਹੋਵੇ, ਹਰ ਇੱਕ ਮੁੱਦੇ 'ਤੇ ਜਿਹੜੇ ਆ ਕਿ ਉਹ ਜੀਰਾ ਪਰਿਵਾਰ ਲੜਾਈ ਲੜਦਾ ਰਹੇ। ਕਿਉਂਕਿ ਖਡੂਰ ਸਾਹਿਬ ਦੀ ਧਰਤੀ 'ਤੇ ਅੰਮ੍ਰਿਤਪਾਲ ਵੀ ਇਲੈਕਸ਼ਨ ਲੜ ਰਿਹਾ ਹੈ, ਅੰਮ੍ਰਿਤਪਾਲ ਨੂੰ ਫਾਈਟ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਤੁਹਾਨੂੰ ਲੱਗਦਾ ਕਿ ਅੰਮ੍ਰਿਤਪਾਲ ਇੱਕ ਵੱਡਾ ਚੈਲੰਜ ਤੁਹਾਡੇ ਸਾਹਮਣੇ ਰਹੇਗਾ? ਗੱਲ ਇਹ ਆ ਜੀ ਕਿ ਜਦੋਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲੀਏ ਤੇ ਗੁਰੂ ਦਾ ਆਸ਼ੀਰਵਾਦ ਹੋਵੇ। ਅੱਜ ਕਦੀ ਮੈਂ 2014 ਤੋਂ ਟਿਕਟ ਮੰਗ ਰਿਹਾ ਸੀਗਾ, ਪਰ ਅੱਜ ਇਹ ਨਹੀਂ ਸੀਗਾ ਜੀ ਪਤਾ ਹੈਗਾ ਕਿ ਬਾਬਾ ਬੁੱਢਾ ਸਾਹਿਬ ਨੇ ਇੰਨੀ ਅਪਾਰ ਕਿਰਪਾ ਕਰਨੀ ਆ ਕਿ ਉਹਨਾਂ ਦੇ ਆਸ਼ੀਰਵਾਦ ਦੇ ਨਾਲ, ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਅੱਜ 14 ਤੋਂ ਜਿਹੜੀ ਟਿਕਟ ਆ ਅੱਜ 24 ਤੇ ਜਾ ਕੇ 10 ਸਾਲਾਂ ਬਾਅਦ ਮਿਲੀ, ਔਰ ਪਰਮਾਤਮਾ ਜੋ ਕਰਦਾ ਉਹ ਚੰਗਾ ਹੀ ਕਰਦਾ, ਔਰ ਸਾਰੇ ਅਸੀਂ ਗੁਰੂ ਦੇ ਸਿੱਖ ਹਾਂ, ਔਰ ਗੁਰੂ ਨੇ ਜਿਹਨੂੰ ਜ਼ਿੰਮੇਵਾਰੀ ਦੇਣੀ ਹੋਈ ਉਹ ਪੂਰੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗੇ, ਔਰ ਪਤਾ ਲੱਗੂਗਾ ਕਿ ਦਿੱਲੀ ਪਾਰਲੀਮੈਂਟ ਦੇ ਵਿੱਚ ਜਾ ਕੇ ਕਿ ਠੀਕ ਹੈ ਕਿ ਸ਼੍ਰੀ ਖਡੂਰ ਸਾਹਿਬ ਤੋਂ ਕੋਈ ਪੰਥਕ ਚਿਹਰਾ ਉਹਨਾਂ ਨੇ ਭੇਜਿਆ ਕਾਂਗਰਸ ਪਾਰਟੀ ਨੇ, ਔਰ ਵਾਕਈ ਜਿਹੜੀ ਹੈ ਕਿ ਮੁੱਦਿਆਂ ਦੀ ਗੱਲ ਜਿਹੜੀ ਉਹ ਕੀਤੀ ਹੈ, ਕਿਉਂਕਿ ਜੇ 5 ਸਾਲ ਵਿਧਾਨ ਸਭਾ ਦਾ ਮੌਕਾ ਜੀਰੇ ਵਾਲਿਆਂ ਨੇ ਦਿੱਤਾ ਸੀਗਾ ਤੇ 5 ਸਾਲ ਕੁਲਵੀਰ ਸਿੰਘ ਜੀਰਾ ਨਸ਼ੇ ਦੇ ਮੁੱਦੇ ਤੇ ਆਪਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਵੀ ਇਹ ਗੱਲ ਕਹਿੰਦਾ ਰਿਹਾ ਕਿ ਝੂਠੀ ਸੌ ਖਾਧੀ, ਔਰ ਮੈਂ ਸਾਡਾ ਪਰਿਵਾਰ ਹੱਕ ਤੇ ਸੱਚ ਤੇ ਪਹਿਰਾ ਦੇਣ ਵਾਲਾ ਹੈ, ਔਰ ਹੱਕ ਅਤੇ ਸੱਚ ਦੀ ਲੜਾਈ ਜਿਹੜੀ ਉਹ ਲੜਦੇ ਰਹਾਂਗੇ। ਪਰ ਜੀਰਾ ਸਾਹਿਬ, ਮੇਰਾ ਸਵਾਲ ਅੰਮ੍ਰਿਤਪਾਲ ਨੂੰ ਲੈ ਕੇ ਸੀ, ਤੁਸੀਂ ਉਸ ਨੂੰ ਜਵਾਬ ਦਿੰਦੇ ਹੋਏ ਉਸ ਤੋਂ ਬਚਦੇ ਨਜ਼ਰ ਆ ਰਹੇ? ਮੈਂ ਉਸ ਤੋਂ ਮੈਂ ਜਵਾਬ ਦਿੰਦਾ ਨੀ, ਮੈਂ ਤਾਂ ਇਹ ਗੱਲ ਕਹਿਣਾ ਕਿ ਗੱਲ ਇਹ ਕਿ ਅੱਜ ਨੋਮੀਨੇਸ਼ਨ ਹੋ ਲੈਂਦੀ, ਕਿਉਂਕਿ ਨੋਮੀਨੇਸ਼ਨ ਹੋਣ ਤੋਂ ਬਾਅਦ, ਔਰ ਮੈਂ ਇੱਕ ਤੁਹਾਨੂੰ ਪੰਕਜ ਜੀ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਔਰ ਜਿਹੜੀ ਇੱਕ ਪ੍ਰੈਸ ਕਾਨਫਰੰਸ ਕਰਾਂਗਾ ਜਿਹਦੇ ਵਿੱਚ ਮੁੱਖ ਮੁੱਦਿਆਂ ਦੇ ਆਧਾਰ ਦੇ ਉੱਤੇ ਜਿਹੜੀ ਇਲੈਕਸ਼ਨ ਲੜੀ ਜਾਊਗੀ। ਔਰ ਜਿਹੜੀ ਗੱਲ ਤੁਸੀਂ ਭਾਈ ਸਾਹਿਬ ਦੀ ਅੰਮ੍ਰਿਤਪਾਲ ਜੀ ਦੀ ਕਰਦੇ ਹੋ, ਔਰ ਮੈਂ ਗੱਲ ਕਹਿਣਾ ਕਿ ਮੈਂ ਉਦੋਂ ਵੀ ਜਦੋਂ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਬਾਰੇ ਕੋਈ ਗਲਤ ਵਿਚਾਰਧਾਰਾ ਕੀਤੀ ਤਾਂ ਮੈਂ ਉਦੋਂ ਵੀ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੇ ਜਿਹੜੇ ਸਕਰਿਊ ਆ ਉਹ ਢਿੱਲੇ ਆ ਥੋੜੇ ਜਿਹੇ, ਔਰ ਮੈਂ ਹਮੇਸ਼ਾ ਇਹ ਲੜਾਈ ਲੜੀ ਕਿ ਸਾਡੀਆਂ ਸਰਕਾਰਾਂ ਨੂੰ ਜੇ ਪਹਿਲਾਂ ਗੋਰੇ ਆਏ ਅੰਗਰੇਜ਼ ਆਏ ਤਾਂ ਉਹਨਾਂ ਨੇ ਸਾਨੂੰ ਕਾਲੇ ਪਾਣੀ ਦੀਆਂ ਜੇਲ੍ਹਾਂ ਵਿਖਾਈਆਂ, ਜੇ ਕਿਤੇ ਇਹ ਆਏ ਆ ਆਪ ਵਾਲੇ ਤੇ ਇਹਨਾਂ ਨੇ NSA ਲਾ ਕੇ ਸਾਡੇ ਨਜਾਇਜ਼ ਮੁੰਡੇ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਡੱਕੇ। ਇਸ ਕਰਕੇ ਮੈਂ ਗੱਲ ਕਹਿਣਾ ਕਿ ਮੈਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਤੋਂ ਜਿਸ ਤੇ ਨਤਮਸਤਕ ਹੋਵਾਂਗਾ, ਉਸ ਤੋਂ ਬਾਅਦ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਮੇਰੇ ਮੁੱਦੇ ਹੋਣਗੇ, ਜਿਹੜੇ ਸ਼੍ਰੀ ਖਡੂਰ ਸਾਹਿਬ ਦੇ ਮੁੱਦੇ ਹੋਣਗੇ, ਉਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੀ ਉਹ ਚੋਣ ਜਿਹੜੀ ਆ ਉਹ ਮੁਹਿੰਮ ਜਿਹੜੀ ਉਹ ਆਗਾਜ਼ ਕਰਾਂਗਾ। ਅਕਾਲੀ ਦਲ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਹੋਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ, ਕਾਫੀ ਤਜਰਬਾ ਉਹਨਾਂ ਦਾ, ਔਰ ਵਲਟੋਹਾ ਹੋਰਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ? ਗੱਲ ਹੈ ਜੀ ਵਲਟੋਹਾ ਹੋਣਾ ਦੇ ਤਜਰਬੇ ਬਾਰੇ ਤਾਂ ਮੇਰੇ ਪਿਤਾ ਜੀ ਨੇ ਵੀ ਬੜੀ ਵਾਰ TV ਚੈਨਲਾਂ ਤੇ ਡਿਬੇਟਾਂ ਦੇ ਵਿੱਚ ਦੱਸਿਆ ਸੀਗਾ, ਔਰ ਵਲਟੋਹਾ ਸਾਹਿਬ ਦੇ ਤਜਰਬੇ ਬਾਰੇ ਤਾਂ ਸਾਰੇ ਜਾਣਦੇ ਨੇ ਕਿ ਇੱਥੋਂ ਤੱਕ ਕਿਵੇਂ ਪਹੁੰਚੇ ਨੇ,
ਇਸ ਕਰਕੇ ਮੈਂ ਕਿਉਂਕਿ ਕੋਈ ਅਜੇ ਟਿੱਪਣੀ ਨਹੀਂ ਕਰਨੀ ਜਿੰਨਾ ਚਿਰ ਮੈਂ ਗੁਰੂ ਸਾਹਿਬ ਅੱਗੇ ਨਤਮਸਤਕ ਨਹੀਂ ਹੁੰਦਾ, ਉਸ ਤੋਂ ਬਾਅਦ ਅਸਲ ਇਲੈਕਸ਼ਨ ਦਾ ਆਗਾਜ਼ ਜਿਹੜਾ ਉਹ ਕਰਾਂਗੇ। ਰੋਕਾਂਗੇ ਅਗਲੀ ਵੱਡੀ ਖਬਰ ਦਾ। ਬਲਟੋਹਾ ਨੂੰ ਸਮਰਥਨ ਨਹੀਂ ਦੇਵੇਗਾ ਅੰਮ੍ਰਿਤਪਾਲ ਦਾ ਪਰਿਵਾਰ। ਅੰਮ੍ਰਿਤਪਾਲ ਦੇ ਪਰਿਵਾਰ ਦੇ ਵੱਲੋਂ ਬਲਟੋਹਾ ਦੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ। ਅੰਮ੍ਰਿਤਪਾਲ ਦੇ ਪਰਿਵਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਨਹੀਂ ਸੀ ਉਤਾਰਨਾ ਚਾਹੀਦਾ। ਬਲਟੋਹਾ ਨੂੰ ਅਸੀਂ ਕੋਈ ਵੀ ਚੁਣੌਤੀ ਨਹੀਂ ਮੰਨਦੇ। ਅੰਮ੍ਰਿਤਪਾਲ ਦੇ ਪਰਿਵਾਰ ਨੇ ਨਾਲੇ ਵੀ ਕਿਹਾ ਕਿ ਬਲਟੋਹਾ ਨੂੰ ਉਹ ਕੋਈ ਵੀ ਚੁਣੌਤੀ ਨਹੀਂ ਮੰਨਦੇ। ਨਾਲੇ ਅੰਮ੍ਰਿਤਪਾਲ ਦੇ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਸਾਡੇ ਖਿਲਾਫ਼ ਚੱਲੀਆਂ ਜਾ ਰਹੀਆਂ ਘਟੀਆ ਚਾਲਾਂ ਦਾ ਅਫਸੋਸ ਹੈ। ਦਰਅਸਲ ਵਿਰਸਾ ਸਿੰਘ ਬਲਟੋਹਾ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਖਡੂਰ ਸਾਹਿਬ ਤੋਂ, ਉਹਨਾਂ ਦੇ ਵੱਲੋਂ ਅੰਮ੍ਰਿਤਪਾਲ ਦੇ ਪਰਿਵਾਰ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਸੀ, ਪਰ ਇਸ ਅਪੀਲ ਨੂੰ ਅੰਮ੍ਰਿਤਪਾਲ ਦੇ ਪਰਿਵਾਰ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਅਤੇ ਨਾਲ ਹੀ ਕਿਹਾ ਗਿਆ ਕਿ ਅਕਾਲੀ ਦਲ ਨੂੰ ਖਡੂਰ ਸਾਹਿਬ ਤੋਂ ਆਪਣਾ ਉਮੀਦਵਾਰ ਨਹੀਂ ਸੀ ਉਤਾਰਨਾ ਚਾਹੀਦਾ। ਕੋਈ ਐਡੀ ਵੱਡੀ ਚੁਣੌਤੀ ਨਹੀਂ ਦੇਖਦੇ ਅਸੀਂ, ਇਹ ਲੋਕਾਂ ਦੇ ਉੱਪਰ ਡਿਪੈਂਡ ਕਰਦਾ ਜੀ। ਉਹ ਜੋ ਉਹ ਜਿਹੋ ਜਿਹੀਆਂ ਘਟੀਆ ਚਾਲਾਂ ਚੱਲ ਰਹੇ ਉਸ ਚੀਜ਼ ਦਾ ਸਾਨੂੰ ਅਫਸੋਸ ਹੈ। ਬਾਕੀ ਲੜਨ ਨੂੰ ਤਾਂ ਮੈਦਾਨ ਖੁੱਲ੍ਹਾ ਪਿਆ, ਉਹ ਆ ਜਾਣ, ਕੋਈ ਗੱਲ ਨਹੀਂ, ਸਾਨੂੰ ਇਸ ਚੀਜ਼ ਦੀ ਕੋਈ ਨਹੀਂ। ਸਾਡੀ ਵੋਟ ਗੁਰੂ ਮਹਾਰਾਜ ਅਤੇ ਸੰਗਤ ਹੈ। ਇਹ ਚੀਜ਼ ਹੈ ਕਿ ਜਿੱਦਾਂ ਮਾਨ ਸਾਹਿਬ ਨੇ ਫੈਸਲਾ ਲਿਆ, ਖੜੇ ਹੋਏ ਕੈਂਡੀਡੇਟ ਨੂੰ ਵਾਪਸ ਲਿਆ, ਉਹਨਾਂ ਦੇ ਜੇ ਖੜਾ ਕਰਨਾ ਸੀ ਉਹਨਾਂ ਨੂੰ ਪੰਥਕ ਦੇ ਵਡੇਰੇ, ਤਾਂ ਲਈ ਇਹ ਚੀਜ਼ ਉਹਨਾਂ ਨੂੰ ਕੈਂਡੀਡੇਟ ਨਹੀਂ ਸੀ ਉਤਾਰਨਾ ਚਾਹੀਦਾ। ਜਿੱਥੋਂ ਤੱਕ ਜੇ ਉਹ ਸੱਚੇ ਸੁੱਚੇ ਕੋਈ ਬੰਦੀ ਸਿੰਘਾਂ ਦੀ ਕੋਈ ਗੱਲ ਕਰਨੀ ਚਾਹੁੰਦੇ, ਇਹ ਵਿਖਾਵਾ ਨਹੀਂ ਕਰਨਾ ਚਾਹੀਦਾ, ਦਿਲੋਂ ਕਰਨਾ ਚਾਹੁੰਦੇ ਹੁੰਦੇ ਤਾਂ ਇੱਦਾਂ ਨਹੀਂ ਸੀ ਕਰਦੇ। ਅਤੇ ਇਸ ਕਰਕੇ ਬਾਕੀ ਵੀ ਉਹ ਸਵੇਰੇ ਵੀ ਸਾਡੇ ਕੋਲ ਆਏ ਆ ਅਤੇ ਉਹਨਾਂ ਨੇ ਆ ਕੇ ਕਿਹਾ ਜੀ ਮੈਨੂੰ ਲੋਕ ਬੁਰਾ ਭਲਾ ਕਹਿ ਰਹੇ, ਅਤੇ ਮੇਰੇ ਸਿਰ ਬੁਰਾ ਭਲਾ ਕਹਿ ਰਹੇ, ਜਿਹੋ ਜਿਹੇ ਕੋਈ ਕਰਮ ਕਰੂਗਾ ਉਹੋ ਜਿਹਾ ਉਹ ਉਹਨੂੰ ਕਹਿਣਗੇ, ਅਸੀਂ ਤਾਂ ਕਿਸੇ ਨੂੰ ਨਹੀਂ ਕੁਛ, ਸਾਡੇ ਪਰਿਵਾਰ ਨੇ ਨਹੀਂ ਕਿਹਾ, ਤੁਸੀਂ ਕੱਲ੍ਹ ਅਨਾਊਂਸ ਹੁੰਦੇ ਆ ਸਾਡੇ ਪਰਿਵਾਰ 'ਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ, ਅਤੇ ਸਾਡੇ ਪਰਿਵਾਰ ਨੇ ਤਾਂ ਅਜੇ ਤੱਕ ਉਹਦਾ ਬੜਾ ਸਾਫ਼ ਸੁਥਰਾ ਕਰੈਕਟਰ ਆ ਵੀ ਕੋਈ ਇੱਦਾਂ ਦੇ ਹੈ ਨਹੀਂ ਕਿ ਨਾ ਅਸੀਂ ਕੋਈ ਹੈ। ਅਤੇ ਇਸ ਕਰਕੇ ਉਹਨਾਂ ਨੂੰ ਇਹ ਚਾਹੀਦਾ ਕਿ ਲੜਾਈ ਮੈਦਾਨ 'ਚ ਲੜਨ, ਐਵੇਂ ਬੇਤੁੱਕੀਆਂ ਚਾਲਾਂ ਨਾਲ ਚੱਲਣ। ਰਾਜਨੀਤੀ ਅਸੀਂ ਜਿਹੜੀ ਰਾਜਨੀਤੀ ਆ ਸੱਚੀ ਸੁੱਚੀ ਗੁਰੂ ਮਹਾਰਾਜ ਦੀ ਦਰਸਾਏ ਮਾਰਗ 'ਤੇ ਚੱਲਣ ਵਾਲੇ, ਅਸੀਂ ਜਿੱਦਾਂ ਦੀ ਅੱਜ ਦੀ ਰਾਜਨੀਤੀ ਚੱਲ ਰਹੀ ਇਹ ਬਹੁਤ ਘਟੀਆ ਕਿਸਮ ਦੀ, ਸਹੀਨ, ਬਹੁਤ ਨਿੰਦਣਯੋਗ ਮੰਨਦੇ ਹਾਂ ਕਿ ਸਵੇਰੇ ਕੋਈ ਲੀਡਰ ਕਿਸੇ ਪਾਰਟੀ 'ਚ ਹੁੰਦਾ, ਸ਼ਾਮ ਨੂੰ ਕਿਸੇ 'ਚ ਹੁੰਦਾ। ਆਪਣੇ ਮਤਲਬ ਲਈ ਨਾ ਕਰੋ, ਇਹ ਧਰਤੀ 'ਤੇ ਤੁਸੀਂ ਪੈਦਾ ਹੋਏ, ਇਹਦੇ ਭਲੇ ਲਈ ਰਾਜਨੀਤੀ ਕਰੋ। ਅਤੇ ਇਸ ਕਰਕੇ ਅਸੀਂ ਬਾਕੀ ਕੱਲ੍ਹ ਨੂੰ ਅਸੀਂ ਅੰਮ੍ਰਿਤਪਾਲ ਦੀ ਚੋਣ ਮੁਹਿੰਮ ਦਾ ਵੀ ਆਗਾਜ਼ ਕਰ ਰਹੇ ਹਾਂ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਬੇਨਤੀ ਕਰਕੇ। ਆਪਦਾ ਨਾਰਾਜ਼ ਦਲਵੀਰ ਗੋਲਡੀ ਨੇ ਨਵਾਂ ਰਾਹ ਬਣਾਉਣ ਦੀ ਗੱਲ ਕਹੀ ਹੈ। ਗੋਲਡੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਸੋਚਦੇ ਹਾਂ ਇੱਕ ਨਵਾਂ ਕੋਈ ਰਾਹ ਬਣਾ ਲਈਏ, ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ। ਟਿਕਟ ਨਾ ਮਿਲਣ ਤੋਂ ਦਰਅਸਲ ਦਲਵੀਰ ਗੋਲਡੀ ਜੋ ਕਿ ਨਾਰਾਜ਼ ਨਜ਼ਰ ਆ ਰਹੇ ਨੇ ਕਾਂਗਰਸ ਨੇ ਸੰਗਰੂਰ ਤੋਂ, ਕਿਉਂਕਿ ਸੁਖਪਾਲ ਸਿੰਘ ਖਹਿਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੋਇਆ। ਦਲਵੀਰ ਗੋਲਡੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸੋਚਦੇ ਹਾਂ ਕਿ ਇੱਕ ਨਵਾਂ ਕੋਈ ਰਾਹ ਬਣਾ ਲਈਏ, ਕਿੰਨਾ ਚਿਰ ਉਹ ਰਾਹ ਪੁਰਾਣੇ ਲੱਭਦੇ ਰਹਾਂਗੇ। ਰੁਕ ਗਈ ਇਸ ਜ਼ਿੰਦਗੀ ਨੂੰ, ਧੱਕੇ ਦੀ ਲੋੜ ਹੈ, ਇੱਕ ਵਾਰ ਚੱਲ ਪਏ ਤਾਂ ਫਿਰ ਵਗਦੇ ਰਹਾਂਗੇ। ਹਨੇਰਿਆਂ ਦੀ ਰਾਤ ਵਿੱਚ ਚਾਨਣ ਦੀ ਲੋੜ ਹੈ, ਦੀਵੇ ਨਹੀਂ ਜੁਗਨੂੰ ਸਹੀ ਪਰ ਜਗਦੇ ਰਹਾਂਗੇ। ਇਹਨਾਂ ਸਤਰਾਂ ਦੇ, ਇਹਨਾਂ ਲਾਈਨਾਂ ਦੇ ਆਪਣੇ ਆਪ ਵਿੱਚ ਮਾਇਨੇ ਬਹੁਤ ਸਾਰੇ ਕੱਢੇ ਜਾ ਸਕਦੇ ਨੇ ਕਿ ਆਖਿਰਕਾਰ ਦਲਵੀਰ ਗੋਲਡੀ ਕਿਹੜੇ ਨਵੇਂ ਰਾਹ ਦੀ ਗੱਲ ਕਰ ਰਹੇ ਨੇ, ਕਿਹੜਾ ਨਵਾਂ ਰਾਹ ਉਹਨਾਂ ਦੇ ਵੱਲੋਂ ਤਲਾਸ਼ਿਆ ਜਾ ਰਿਹਾ, ਜਾਂ ਕੀ ਦਲਵੀਰ ਗੋਲਡੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣਗੇ, ਕਿਸੇ ਹੋਰ ਪਾਰਟੀ ਦਾ ਪੱਲਾ ਫੜਨਗੇ। ਹਾਲਾਂਕਿ ਇਹ ਫਿਲਹਾਲ ਸਵਾਲ ਬਰਕਰਾਰ ਹੈ। ਗੋਲਡੀ ਦੇ ਪਾਰਟੀ ਛੱਡਣ ਦੀਆਂ ਚਰਚਾਵਾਂ 'ਤੇ ਖਹਿਰਾ ਦਾ ਵੀ ਬਿਆਨ ਆ ਗਿਆ। ਸੁਖਪਾਲ ਸਿੰਘ ਖਹਿਰਾ ਦਾ ਕਹਿਣਾ ਕਿ ਮੈਂ ਜਲਦੀ ਗੋਲਡੀ ਨੂੰ ਮਿਲਾਂਗਾ, ਜੇ ਗੋਲਡੀ ਜਾਂਦਾ ਹੈ ਤਾਂ ਉਸਦੀ ਵੱਡੀ ਰਾਜਨੀਤਿਕ ਗਲਤੀ ਹੋਵੇਗੀ। ਕਾਂਗਰਸ ਨੇ
ਗੋਲਡੇ ਨੂੰ ਕਈ ਵਧੀਆ ਮੌਕੇ ਦਿੱਤੇ ਨੇ, ਵੋਟ ਵਿਅਕਤੀ ਨੂੰ ਨਹੀਂ ਪਾਰਟੀ ਨੂੰ ਪਵੇਗੀ। ਪਹਿਲਾਂ ਵੀ ਕਈ ਕਾਂਗਰਸ ਨੂੰ ਛੱਡ ਕੇ ਚਲੇ ਗਏ। ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ, ਜਿਸ ਤਰੀਕੇ ਦੇ ਨਾਲ ਦਲਵੀਰ ਗੋਲਡੀ ਦੇ ਵੱਲੋਂ ਇਹ 17 ਸੋਸ਼ਲ ਮੀਡੀਆ 'ਤੇ ਲਿਖੀਆਂ ਗਈਆਂ ਨੇ। ਸੁਖਪਾਲ ਸਿੰਘ ਖਹਿਰਾ ਨੇ ਇਹ ਵੀ ਕਿਹਾ ਕਿ ਉਹ ਜਲਦ ਗੋਲਡੀ ਦੇ ਨਾਲ ਮੁਲਾਕਾਤ ਵੀ ਕਰਨਗੇ। ਮੈਂ ਆਪ ਖੁਦ ਤਾਂ ਨਹੀਂ ਦੇਖ ਸਕਿਆ, ਪਰ ਮੈਨੂੰ ਵੀ ਤੁਹਾਡੇ ਵਾਂਗੂ ਪਤਾ ਲੱਗਿਆ। ਮੈਨੂੰ ਲੱਗਦਾ ਵਾ ਕਿ ਜਿੱਦਾਂ ਮੈਂ ਉਦੋਂ ਉਹਦੇ ਘਰ ਕਿਹਾ ਸੀਗਾ ਕਿ ਗੋਲਡੀ ਬੇਸਿਕਲੀ ਇੱਕ ਇਮੋਸ਼ਨਲ ਵਿਅਕਤੀ ਹੈ। ਇਸ ਤਰ੍ਹਾਂ ਦੀਆਂ ਪੋਸਟਾਂ ਕਈ ਵਾਰ ਉਹਨਾਂ ਦੇ ਪਹਿਲਾਂ ਵੀ ਪੇਜਿਸ ਉੱਤੇ ਸ਼ੇਅਰ ਹੋਈਆਂ ਹੋਣਗੀਆਂ। ਬਾਕੀ ਮੈਂ ਉਹਨਾਂ ਦੇ ਨਾਲ ਇਨ ਟੱਚ ਹੈਗਾ ਵਾਂ। ਮੈਂ ਦੇਖਦਾ ਕਿ ਮੈਂ ਇਸ ਮੀਟਿੰਗ ਤੋਂ ਬਾਅਦ ਵੀ ਅਗਰ ਉਹ ਘਰ ਅਵੇਲੇਬਲ ਹੋਏ ਤਾਂ ਮੈਂ ਉੱਥੇ ਜਾਣ ਦਾ ਪ੍ਰੋਗਰਾਮ ਲਿਖਿਆ। ਕੌਣ ਕੀ ਸਵਿੱਚ ਆਫ ਆ ਰਿਹਾ ਤੇ ਧੂਰੀ ਦੇ ਇਸ ਪ੍ਰੋਗਰਾਮ 'ਚ ਵੀ ਹੋ ਰਿਹਾ ਜਾਂ ਇਹ ਪ੍ਰੋਗਰਾਮ ਤਾਂ ਸਾਡਾ ਕੱਲ੍ਹ ਹੀ ਕੁਦਰਤੀ ਸਡਨਲੀ ਬਣਿਆ। ਔਰ ਜਿੱਦਾਂ ਤੁਸੀਂ ਕਿਹਾ ਕਿ ਫੋਨ ਉਹਨਾਂ ਦਾ ਵੀ, ਮੈਨੂੰ ਵੀ ਕੱਲ੍ਹ ਦਾ ਫੋਨ ਉਹਨਾਂ ਦਾ ਮਿਲ ਨਹੀਂ ਰਿਹਾ, ਮੈਂ ਕਦੇ ਝੂਠ ਨਹੀਂ ਬੋਲਿਆ। ਹੁਣ ਕਿਹੜੇ ਕਾਰਨਾਂ ਕਰਕੇ ਕਈ ਵਾਰੀ ਬੰਦਾ ਅਨਵੈਲ ਹੁੰਦਾ, ਕੋਈ ਘਰੇਲੂ ਹਾਲਾਤ ਹੁੰਦੇ, ਜੇ ਕੋਈ ਗੱਲ ਇਸ ਤਰ੍ਹਾਂ ਦੀ ਨੈਗੇਟਿਵ ਪੋਜ਼ਿਟਿਵ ਉਹ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ, ਉਹ ਕਿਹੜੀ ਲੁਕੀ ਰਹਿਣੀ ਹੋਈ। ਦੇਖੋ ਗੋਲਡੀ ਨੂੰ ਕਾਂਗਰਸ ਨੇ ਬੜੇ ਸਮੇਂ ਸਿਰ MLA ਬਣਾ ਕੇ ਉਤਾਰਿਆ ਵਾ। ਹੀ ਹੈਜ਼ ਬੀਨ ਰਿਵਾਰਡਿਡ ਵੈਰੀ ਐਡੀਕੁਏਟਲੀ ਫੋਰ ਬਾਈ ਦਾ ਕਾਂਗਰਸ ਪਾਰਟੀ। ਔਰ ਉਹਨਾਂ ਦਾ ਪਿਛਲਾ ਟਰੈਕ ਰਿਕਾਰਡ ਵੀ ਬੜਾ ਪ੍ਰੋ ਕਾਂਗਰਸ ਅਤੇ ਕਾਂਗਰਸ ਪ੍ਰਤੀ ਵਫਾਦਾਰੀ ਦਾ ਰਿਹਾ ਵਾ। ਮੇਰਾ ਨਹੀਂ ਖਿਆਲ ਕਿ ਇਸ ਤਰ੍ਹਾਂ ਦੀ ਗਲਤੀ ਕਰਨਗੇ, ਇਟ ਵਿਲ ਬੀ ਅ ਬਲੰਡਰ। ਮੇਰਾ ਨਹੀਂ ਖਿਆਲ ਕਰਨਗੇ, ਮੇਰਾ ਹਲੇ ਮੇਰਾ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ ਸਵੇਰ ਦਾ ਅੱਜ ਦਾ। ਤਾਂ ਮੇਰਾ ਅਗਰ ਇਸ ਤਰ੍ਹਾਂ ਦੀ ਕੋਈ ਗਲਤੀ ਕਰਨਗੇ ਤਾਂ ਇਹ ਬੜਾ ਵੱਡਾ ਪੋਲੀਟੀਕਲ ਬਲੰਡਰ ਹੋਵੇਗਾ।